ਦਿੱਤਾ ਦਰਦ ਸੰਤਾਲੀ ਕੀਤੇ ਨਹੀਂ ਭੁੱਲਦਾ ਆਏ ਸੁਖੀ ਵਸਦਿਆਂ ਘਰਾਂ ਨੂੰ ਅੱਗ ਲੱਗੀ ਰਿਆ ਜਿਉਣਾ ਕਿਸੇ ਨਾ ਮੁੱਲ ਦਾ ਏ ਤੇ ਸੱਜਣ ਵਿਛੜੇ ਜਦੋਂ ਵੀ ਯਾਦ ਆਉਂਦੇ ਆਣ ਵਿਛੋੜਿਆ ਚੁੱਲਦਾ ਆਏ ਲੱਖਾਂ ਦੇਸ ਇਹਸਾਨ ਜਹਾਨ ਅੰਦਰ ਕਿਹੜਾ ਹੋਰ ਪੰਜਾਬ ਦੇ ਤੁਲਦਾ ਪੂਰੇ ਜੱਗ ਵਿੱਚ ਵੱਸੇ ਹੋਏ ਪੰਜਾਬੀ ਪਿਆਰਿਓ, ਪੰਜਾਬੀ ਨਾਲ ਪਿਆਰ ਕਰਨ ਵਾਲਿਓ ਅਤੇ ਪੰਜਾਬੀ ਬੋਲਣ ਵਾਲਿਓ ਅਤੇ ਸਮਝਣ ਵਾਲਿਓ ਮਿੱਤਰੋ ਪਿਆਰਿਓ, ਅੱਜ ਅਸੀਂ ਬਾਬਾ ਬਾਜਵਾ ਚੈਨਲ ਤੋਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਮੱਤੇ ਕੀ, ਜਿਹਨੂੰ ਮੱਤੇ ਕੀ ਥਰਪਾਲ ਵੀ ਆਖਦੇ ਨੇ, ਜਿਹਦੇ 'ਚ ਨਾਲ ਦੇ ਪਿੰਡ 'ਚ ਬਹੁਤ ਬੜੇ ਸੂਫੀ ਸੱਯਦ ਹਾਸ਼ਮ ਸ਼ਾਹ ਦਾ ਮਜ਼ਾਰ ਹੈ, ਉੱਥੇ ਵੀ ਅੱਜ ਤੁਹਾਨੂੰ ਖੜਾਂਗੇ ਅਤੇ ਇਹਦੇ ਨਾਲ ਹੀ ਲੱਗਦਾ ਪਿੰਡ ਮੱਤੇ ਕੀ। ਇਹ ਭਿੰਡਰਾਂ ਦੇ ਪਿੰਡ ਸਨ ਬੁਨਿਆਦੀ ਤੌਰ 'ਤੇ, ਹਾਂਜੀ ਹਾਂਜੀ ਭਿੰਡਰਾਂ ਦੇ ਪਿੰਡ ਇਹ ਚੱਲਦੇ ਸਨ, ਉੱਧਰੋਂ ਭੂਰੇ ਕੀ ਫਤਿਹ ਵਾਲੀ ਤਲਵੰਡੀ ਭਿੰਡਰਾਂ ਦਾਤੇਵਾਲ ਅਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਹਲੋਵਾਲ ਅਤੇ ਇਹ ਜੂਨ ਭਿੰਡਰ ਵਗੈਰਾ ਅਤੇ ਇੱਥੋਂ ਚੱਲਦੇ ਚੱਲਦੇ ਬਾਠਾਂ ਵਾਲੇ ਤੱਕ ਇਹ ਜਿਹੜਾ ਇਲਾਕਾ ਭਿੰਡਰਾਂ ਦਾ ਸੀ 47 ਤੋਂ ਪਹਿਲਾਂ। ਅਤੇ ਇਹਦੇ ਵਿੱਚ ਚੋਖੇ ਜਿਹੜੇ ਸਾਡੇ ਸਿੱਖ ਭਰਾ ਭਿੰਡਰ ਸਨ ਉਹ ਵੀ ਇਹਨਾਂ ਪਿੰਡਾਂ ਦੇ ਵਿੱਚ ਵੱਸਦੇ ਹਨ ਜਿਹੜੇ 47 'ਚੋਂ ਉੱਧਰ ਚਲੇ ਗਏ, ਅਤੇ ਉਹਨਾਂ ਵਿੱਚੋਂ ਹੀ ਮੱਤੇ ਕੀ ਪਿੰਡ ਜਿਹੜਾ ਅਸੀਂ ਉਹਨੂੰ ਉੱਥੇ ਤੁਹਾਨੂੰ ਲੈ ਕੇ ਆਏ ਹਾਂ। ਇਹਦੀ ਤਹਿਸੀਲ ਨਾਰੋਵਾਲ ਪੈਂਦੀ ਹੈ, 1992 ਤੋਂ ਪਹਿਲਾਂ ਜ਼ਿਲ੍ਹਾ ਸਿਆਲਕੋਟ ਹੁੰਦਾ ਸੀ, ਅੱਜ ਕੱਲ੍ਹ ਇਹਦਾ ਜ਼ਿਲ੍ਹਾ ਵੀ ਨਾਰੋਵਾਲ ਹੈ। ਅਤੇ ਇੱਥੇ ਅਸੀਂ ਤੁਹਾਨੂੰ ਇੱਕ ਬਜ਼ੁਰਗ ਨਾਲ ਮਿਲਾਉਂਦੇ ਹਾਂ। ਬਜ਼ੁਰਗੋ ਤੁਹਾਡਾ ਕੀ ਨਾਂ ਹੈ ਜੀ? ਅਸਲਮ। ਅਸਲਮ, ਅਤੇ ਤੁਹਾਡੇ ਅੱਬਾ ਜੀ ਦਾ ਨਾਂ ਕੀ ਸੀ? ਜਲਾਲ। ਜਲਾਲ ਦੀਨ, ਅਤੇ ਤੁਹਾਡੀ ਜ਼ਾਤ ਕੀ ਹੈ? ਮਿਨਾਸ। ਮਿਨਾਸ, ਅੱਛਾ। ਇਹ ਦੱਸੋ ਕਿ 47 'ਚ ਤੁਸੀਂ ਕਿੱਡੇ ਸੋ, ਯਾਨੀ ਜਦੋਂ 47 ਦਾ ਵਾਕਿਆ ਹੋਇਆ? ਉਦੋਂ ਛੋਟੇ ਹੁੰਦੇ। ਤਕਰੀਬਨ ਕਿੰਨੀ ਉਮਰ ਸੀ? ਉਮਰ ਬਾਬਾ ਛੋਟੀ ਸੀ, ਤਾਂ ਹੁਣ ਤਾਂ ਮੈਂ ਸਾਰਿਆਂ ਨੂੰ ਜਾਣਦਾ ਹਾਂ। ਨਹੀਂ, ਅੱਛਾ, ਯਾਨੀ ਜਾਣਦੇ ਸੋ ਸਾਰਿਆਂ ਨੂੰ। ਬਾਬਾ ਵਧਾਵਾ ਤਾਂ। ਚਲੋ ਚਲੋ, ਅੱਛਾ ਇਹ ਦੱਸੋ ਕਿ ਇਹ ਜਿਹੜਾ ਮਾਸਟਰ ਸੀ ਤੁਹਾਨੂੰ ਦੱਸਿਆ, ਫਕੀਰ ਸਿੰਘ ਵਧਾਵਾ ਸਿੰਘ ਭਿੰਡਰ ਦਾ ਪੁੱਤਰ, ਇਹਨਾਂ ਨੂੰ ਜਾਣਦੇ ਹੋ? ਬਿਲਕੁਲ। ਅੱਛਾ, ਇਹ 5-6 ਭਰਾ। ਅੱਛਾ, ਉਹਨਾਂ ਭਰਾਵਾਂ ਦੇ ਨਾਂ ਯਾਦ ਜੇ? ਨਾਂ ਭੁੱਲ ਗਏ। ਅੱਛਾ, ਜਿਹੜਾ ਵੀ ਯਾਦ ਹੈ ਉਹ ਦੱਸੋ। ਬਾਬਾ ਵਧਾਵਾ ਦਾ ਕੀ ਨਾਂ, ਦੂਜਿਆਂ ਦਾ ਕੀ ਨਾਂ? ਫਕੀਰ ਸਿੰਘ ਦੇ ਸਾਰੇ ਭਰਾ ਨੇ। ਅੱਛਾ, ਜੇ 5 ਭਰਾ ਸਨ? ਹਾਂ, 5-6 ਭਰਾ। ਵਾੜਾ ਸਿੰਘ? ਹਾਂ, ਕੁਹਾੜਾ ਸਿੰਘ। ਅੱਛਾ, ਤੇ ਚੜ੍ਹਦੇ ਮਹੱਲੇ ਵੀ। ਅੱਛਾ, ਇਹਨਾਂ ਦੀ ਹਵੇਲੀ ਕਿਹੜੇ ਪਾਸੇ ਸੀ ਤੇ ਘਰ ਕਿੱਧਰ ਸਨ? ਇੱਧਰ ਹੀ। ਅੱਛਾ ਅੱਛਾ, ਹਿੱਟਾਂ ਨੇ ਲਿਆ, ਇੱਥੇ ਇਹਨਾਂ ਦੀ ਹਵੇਲੀ ਸੀ। ਹਾਂ, ਅੱਛਾ ਅੱਛਾ, ਹਵੇਲੀ ਉੱਧਰ ਸੀ ਇਹਨਾਂ ਦੇ ਬਾਬੇ ਵਧਾਵਾ। ਅੱਛਾ, ਹੋਰ ਇਸ ਪਿੰਡ 'ਚ ਕਿੰਨੇ ਕੁ ਸਿੱਖ ਸਨ? ਸਾਰਾ ਪਿੰਡ ਹੀ ਪੁੱਤ ਸਿੱਖਾਂ ਦਾ। ਉਹਨਾਂ ਦੇ ਕੀ ਕੀ ਨਾਂ ਸਨ ਯਾਦ ਜੇ ਕੋਈ? ਨਹੀਂ ਯਾਦ। ਕਿਸੇ ਦਾ ਵੀ ਨਾਂ ਯਾਦ ਨਹੀਂ? ਲੰਬੜਦਾਰ ਕੌਣ ਸੀ ਇੱਥੇ? ਤਾਏ ਨੂੰ ਯਾਦ ਚੰਗਾ। ਕਿਸ਼ਨ ਸਿੰਘ ਸੀ। ਕਿਸ਼ਨ ਸਿੰਘ? ਅੱਛਾ ਅੱਛਾ, ਇੱਕ ਬਿਸ਼ਨ ਸਿੰਘ ਸੀ। ਅੱਛਾ ਅੱਛਾ, ਉਹਦਾ ਮੁੰਡਾ ਸੀ ਇੱਕ ਅੱਲਾ ਰੱਖਾ। ਅੱਲਾ ਰੱਖਾ, ਨਹੀਂ ਉਹ ਮੁਸਲਮਾਨ ਹੋ ਗਿਆ ਸੀ? ਉਹ ਇੱਥੇ ਮੁਸਲਮਾਨ ਹੋ ਗਿਆ ਸਨ। ਅੱਛਾ ਅੱਛਾ,
ਬਾਅਦ ਦੇ ਵਿੱਚ ਆਰਮੀ ਦੀ ਜੀਪ ਆਈ ਹੈ ਇੰਡੀਆ ਦੀ, ਉਹ ਅੱਲਾ ਰੱਖੇ ਨੂੰ ਬਿਠਾ ਕੇ, ਇਹ ਸਾਨੂੰ ਬਿਲਕੁਲ ਸਾਹਮਣੇ ਪਤਾ ਹੈ, ਉਹਨੂੰ ਬਿਠਾ ਕੇ ਤੇ ਜਨਾਬਾਂ ਦੀ ਉਹ ਇੰਡੀਆ 'ਚ ਲੈ ਗਏ ਨੇ। ਠੀਕ ਹੈ ਠੀਕ ਹੈ। ਬਿਸ਼ਨ ਸਿੰਘ ਜਿਹੜਾ ਸੀ ਉਹਦੇ ਨਾਂ, ਉਹ ਇੱਥੇ ਮੁਸਲਮਾਨ ਹੋ ਗਿਆ ਸੀ। ਅੱਛਾ। ਤੇ ਉਹਦੇ ਨਾਂ ਫਿਰ ਰੱਖਿਆ ਸੀ ਸ਼ਰੀਫ। ਅੱਛਾ। ਉਹ ਤਕਰੀਬਨ ਮੇਰਾ ਖਿਆਲ ਹੈ ਵੀ ਸਾਨੂੰ ਸਾਰੇ ਜਾਣਦੇ ਨੇ, ਬਾਬਾ ਬਿਸ਼ਨ ਇੱਥੇ ਸੀ। ਅੱਛਾ। ਨਹੀਂ ਉਹ ਮੁਸਲਮਾਨ ਹੋ ਕੇ ਫਿਰ ਇੱਥੇ ਗਿਆ, ਮੁਸਲਮਾਨ ਹੋ ਕੇ ਇੱਥੇ ਰਹਿ ਗਿਆ ਸੀ। ਅੱਛਾ। ਤੇ ਕਿਸ਼ਨ ਸਿੰਘ ਜਿਹੜਾ ਉਹਦਾ ਭਰਾ ਵੱਡਾ ਸੀ ਉਹ ਚਲਾ ਗਿਆ। ਅੱਛਾ, ਉਹ ਚਲਾ ਗਿਆ ਸੀ। ਅੱਛਾ। ਤੇ ਬਿਸ਼ਨ ਸਿੰਘ ਜਿਹੜਾ ਉਹ ਫੌਤ ਹੋ ਗਿਆ ਹੁਣ, ਜਿਹੜਾ ਫੌਤ ਹੋ ਗਿਆ ਹੁਣ ਫੌਤ ਹੋ ਕੇ, ਅੱਛਾ, ਉਹਦਾ ਬੜਾ ਚਿਰ, ਯਾਨੀ ਉਹ ਮੁਸਲਮਾਨ ਹੋ ਕੇ ਤੇ ਇੱਥੇ ਹੀ ਰਹਿ ਗਿਆ, ਨਾ ਉਹਨੇ ਮੁਹੰਮਦ ਸ਼ਰੀਫ ਰੱਖ ਲਿਆ। ਜੀ ਜੀ। ਅੱਛਾ, ਉਹ ਵੀ ਪਿੰਡਾਂ ਦੀ ਸਨ। ਜੀ ਜੀ, ਪਿੰਡ। ਠੀਕ ਹੋ ਗਿਆ। ਅੱਛਾ, ਤੇ ਹੋਰ ਇਸ ਪਿੰਡ 'ਚ ਕਿੰਨੇ ਕੁ ਸਨ ਜਿਹੜੇ ਸਿੱਖ ਜੱਟ ਪਿੰਡਰ ਤਕਰੀਬਨ ਘਰ? ਚੜ੍ਹਦਾ ਮਹੱਲਾ ਪੁੱਤ, ਮੇਰਾ ਖਿਆਲ ਹੈ ਚੜ੍ਹਦਾ ਮਹੱਲਾ ਜਿੰਨਾ ਵੀ ਆਇਆ ਸੀ। ਅੱਛਾ। ਤਕਰੀਬਨ ਬਾਜਵਾ ਸਾਹਿਬ ਸਿੱਖਾਂ ਦਾ। ਅੱਛਾ ਅੱਛਾ। ਹਾਂਜੀ, 18 ਵੀਹ ਘਰ। ਅੱਛਾ, 18 ਵੀਹ ਘਰ ਸਨ ਤੇ ਉਹ ਸਾਰੇ ਪਿੰਡਰਾਂ ਦੇ ਸਨ। ਅੱਛਾ, ਇਹ ਦੱਸੋ ਕਿ ਇਹ ਬਜ਼ੁਰਗੋ ਕਿ ਤੇ ਤੁਹਾਡੇ ਕੋਈ ਯਾਰ ਬੇਲੀ ਉਹਨਾਂ 'ਚੋਂ ਕੋਈ ਹੈ ਸਨ ਨਿੱਕੇ ਮੁੰਡੇ ਕੋਈ, ਉਹਨਾਂ ਦੇ ਕੋਈ ਨਾਂ ਯਾਦ ਨੇ? ਨਾਮੇ ਨੂਮੇ ਹੋਰ ਸਾਰੇ। ਅੱਛਾ, ਨਾਮਾ ਦੇ ਹੋਰ ਕਿਹੜਾ? ਬਿਸ਼ਨ ਸਿੰਘ। ਨਾਮਾ ਕਿਹਦਾ ਪੁੱਤਰ ਸੀ? ਨਾਮਾ ਸਿੱਖ ਸੀ। ਨਹੀਂ, ਉਹਦਾ ਪਿਓ ਦਾ ਨਾਂ ਕੀ ਸੀ ਯਾਦ ਜੇ? ਅੱਛਾ, ਤੇ ਹੋਰ ਕਿਹੜਾ ਸੀ? ਬਿਸ਼ਨ ਸਿੰਘ। ਅੱਛਾ, ਤੇ ਉਹ ਇਹ ਤੁਹਾਡੇ ਜਮਾਤੀ ਸਨ ਜਾਂ ਕੋਈ ਨਿੱਕੇ ਹੁੰਦਿਆਂ ਹਾਣੀ ਸਨ? ਅੱਛਾ, ਇਕੱਠੇ ਖੇਡਦੇ ਹੁੰਦੇ ਸੋ। ਅੱਛਾ, ਇਹ ਦੱਸੋ ਕਿ ਜਦੋਂ, ਮਤਲਬ ਇਹ ਹੈ ਕਿ ਉਹ ਜਿਹੜਾ ਸਮਾਜ ਸੀ ਜਦੋਂ ਤੁਸੀਂ 47 ਤੋਂ ਪਹਿਲਾਂ ਜਿਹੜਾ ਇੱਥੇ ਲੋਕਾਂ ਦਾ ਰਹਿਣ ਸਹਿਣ ਸੀ ਸਿੱਖਾਂ ਅਤੇ ਮੁਸਲਮਾਨਾਂ ਦਾ ਆਪਸ 'ਚ, ਅੱਛਾ ਇਕੱਠੇ ਖੇਡਦੇ ਸੋ, ਆਪਸ 'ਚ ਭਾਜੀ ਵਰਤੋਂ ਭਾਜੀ ਹੈ ਸੀ ਸਾਰਿਆਂ ਜੱਟਾਂ ਦੀ, ਯਾਨੀ ਮੁਸਲਮਾਨਾਂ ਜੱਟਾਂ ਦੀ ਅਤੇ ਸਿੱਖਾਂ ਦੀ ਆਪਸ 'ਚ ਭੈਣ ਭਰਾਵਾਂ ਵਾਲਾ ਸਿਲਸਿਲਾ, ਭੈਣ ਭਰਾਵਾਂ ਦਾ ਕੰਮ ਸਿੱਖਾਂ ਦਾ? ਅੱਛਾ। ਹਾਂ, ਵਿਆਹਾਂ ਸ਼ਿਆਵਾਂ 'ਚ ਵੀ ਇੱਕ ਦੂਜੇ ਕੋਲ ਜਾਂਦੇ ਆਉਂਦੇ ਸੋ? ਅੱਛਾ ਅੱਛਾ, ਅਤੇ ਕੋਈ ਗੱਲ ਵੀ ਸੁਣਾਓ ਨਾ ਨਾਰਾ, ਮੇਰੀ ਗੱਲ ਕੀ ਹੰਗੂਰਾ ਭਰੀ ਜਾਂਦੇ ਹੋ, ਕੋਈ ਆਪਣੀ ਵੀ ਗੱਲ ਸੁਣਾਓ। ਅੱਛਾ, ਤੇ ਲੰਬਰ ਦੇ ਘਰ ਹੁੰਦਾ ਤਾਂ ਸਰਕਾਰ ਹੁੰਦਾ ਹੈ। ਅੱਛਾ, ਉੱਥੇ ਭੈਣ, ਇਹ ਕੌਣ ਸੀ? ਭੈਣ ਸੀ। ਭੈਣ ਦਾ ਕੀ ਨਾਂ ਸੀ? ਉਹ ਸਿੱਖ ਹਨ। ਅੱਛਾ। ਹਾਂ, ਠੀਕ ਹੈ ਠੀਕ ਹੈ। ਨਾਮੇ ਵਾਲੇ? ਅੱਛਾ ਅੱਛਾ ਅੱਛਾ, ਉਹਨਾਂ ਦਾ ਘਰ ਲਸੂੜਾ। ਅੱਛਾ, ਲਸੂੜਾ ਸੀ ਨਾਮੇ ਕੇ ਘਰ। ਹਾਂ, ਠੀਕ ਹੈ ਠੀਕ ਹੈ। ਸਾਰਿਆਂ ਦਾ ਆਪਸ ਇੱਕ ਦੂਜੇ ਤੇ ਵਿਆਹਾਂ ਸ਼ਾਦੀਆਂ ਤੇ ਵਰਤੋਂ ਵਰਤਾ, ਵਿਆਹਾਂ ਤੇ ਜਾਣਾ ਆਉਣਾ, ਇੱਕ ਦੂਜੇ ਨਾਲ ਭਾਂਜੀਆਂ ਲੈਣ ਦੇਣ, ਪਿਆਰ ਮੁਹੱਬਤ। ਫਿਰ ਉਹ ਵਾਹੀ ਜੋਤੀ ਉਸ ਵੇਲੇ ਸਾਰੇ ਢੱਗਿਆਂ ਦੀ ਹੁੰਦੀ ਸੀ, ਤੇ ਇੱਕ ਦੂਜੇ ਨੂੰ ਖੂਹਾਂ ਦੀ। ਤੇ ਖੂਹ ਇੱਥੇ ਕਿਹੜੇ ਕਿਹੜੇ ਸਨ ਤੁਹਾਡੇ ਪਿੰਡ 'ਚ? ਕੋਈ ਖੂਹਾਂ ਦੇ ਨਾਂ ਯਾਦ ਜੇ? ਅਜੇ ਇੱਕ ਖੂਹ ਪੱਕਾ ਤੇ ਦੂਜਾ ਕਿਹੜਾ? ਅੰਬਾ ਵਾਲਾ। ਅੱਛਾ, ਇੱਕ ਰੋਈ ਵਾਲਾ ਖੂਹ ਸੀ। ਅੱਛਾ ਅੱਛਾ, ਇੱਕ ਠੱਕਰਾਂ ਵਾਲਾ ਖੂਹ। ਅੱਛਾ, ਠੱਕਰਾਂ ਵਾਲਾ ਖੂਹ ਸੀ। ਇੱਕ ਇਹ ਖੂਹ ਸੀ, ਇਹਦਾ ਕੀ ਨਾਂ ਸੀ? ਅੱਛਾ, ਬੂਹਾਂ ਵਾਲਾ। ਇੱਕ ਚੜ੍ਹਦੇ ਮਹੱਲੇ ਸੀ। ਅੱਛਾ, ਉਹਦਾ ਕੀ ਨਾਂ ਸੀ, ਕੋਈ ਯਾਦ ਜੇ? ਚੜ੍ਹਦੇ ਮਹੱਲੇ, ਕੀ ਉਹਦਾ ਨਾਂ ਯਾਦ ਹੈ? ਅੱਛਾ, ਇਹ ਦੱਸੋ ਕਿ ਜਦੋਂ 47 ਹੋਈ ਹੈ ਤੇ ਉਹਦੀ ਕੋਈ ਸੰਭਾਲ ਹੈ ਤੁਹਾਨੂੰ? ਅੱਛਾ, ਉਸ ਵੇਲੇ ਜਿਹੜਾ ਰੌਲਾ ਗੌਲਾ ਪਿਆ, ਅੱਛਾ, ਉਹਦੇ ਵਿੱਚ ਇੱਥੋਂ ਜਿਹੜੇ ਜੀ ਗਏ ਨੇ ਤੁਹਾਡੇ ਬਰਾਦਰੀ, ਉਹਨਾਂ ਨਾਲ ਕੋਈ ਛੇੜ ਛੜੁੱਕਾ ਇੱਥੇ ਤਾਂ ਨਹੀਂ ਲੋਕਾਂ ਨੇ ਕੀਤਾ? ਅੱਛਾ, ਚੁੱਪ ਕਰਕੇ ਤੁਰ ਗਏ। ਯਾਨੀ ਉਹਨਾਂ ਨੂੰ ਤੁਸੀਂ ਆਪ ਵਿਦਿਆ ਕੀਤਾ ਪਿਆਰ ਮੁਹੱਬਤ ਨਾਲ ਭਰਾਵਾਂ ਵਾਂਗਰ? ਸਾਡੇ ਪਿਓ ਨੇ ਆਪਣਾ ਵਿਦਿਆ ਕਰ ਗਿਆ ਜੀ। ਠੀਕ ਹੈ, ਤੁਸੀਂ ਯਾਨੀ ਤੁਹਾਡੇ ਵਾਲਦ ਸਾਹਿਬ ਉਹਨਾਂ ਨੂੰ ਵਿਦਿਆ ਕਰ ਗਿਆ ਇੱਕ। ਇੱਥੋਂ ਵੈਸੇ ਵੀ ਬਾਰਡਰ ਲੱਗੇ ਸੀ ਇੱਥੋਂ ਦੇ, ਬਿਲਕੁਲ ਸਮਝੋ ਕਿ 6 ਕਿਲੋਮੀਟਰ ਇੱਥੋਂ ਤਾਂ ਕੋਈ ਵੀ ਬਾਰਡਰ ਦੂਰ ਨਹੀਂ, ਕੋਈ ਐਸੀ ਕੋਈ ਲੜਾਈ ਝਗੜਾ ਨਹੀਂ ਸੀ, ਯਾਨੀ ਪਿਆਰ ਮੁਹੱਬਤ ਸੀ। ਹਾਂਜੀ, ਪਿਆਰ ਮੁਹੱਬਤ, ਤੇ ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਸਨ, ਚਾਚੀਆਂ ਤਾਈਆਂ ਮਾਸੀਆਂ ਫੁੱਫੀਆਂ, ਹਾਂਜੀ, ਇੱਕ ਦੂਜੇ ਨਾਲ ਬੋਲ ਚਾਲ ਤੇ ਵਰਤੋਂ ਵਿਆਜ। ਅੱਛਾ, ਇਹ ਜਦੋਂ ਗਏ ਨੇ ਉਹ ਸਰਦਾਰ, ਉਹਨਾਂ 'ਚ ਪਰਤਕੇ ਤਾਂ ਨਹੀਂ ਇੱਥੇ ਕੋ ਆਇਆ? ਨਹੀਂ, ਕੋਈ ਨਹੀਂ ਆਇਆ। ਅੱਛਾ, ਤੁਹਾਡਾ ਦਿਲ ਕਰਦਾ ਕਿ ਉਹਨਾਂ ਨੂੰ ਵੇਖੀਏ? ਨਹੀਂ, ਦਿਲ ਦੇ ਵਿੱਚੋਂ ਕਰਦਾ ਹੋਣਾ ਵੀ ਮੁਲਾਕਾਤ ਹੋਏ ਜੇ ਆਉਣ। ਹਾਂਜੀ, ਇੱਥੇ ਹੋਣਗੇ ਤਾਂ ਫਿਰ ਮੁਲਾਕਾਤ। ਆਹੋ, ਇੱਥੇ ਆਉਣਗੇ ਸਾਰੇ ਵੀ
ਆ ਦਾਵਤ ਦਿਓ ਨਾ ਉਹਨਾਂ ਨੂੰ, ਤੁਸੀਂ ਆ ਪੂਰੀ ਦੁਨੀਆ ਚੈਲੰਜ ਚੈਨਲ ਜਾਣਾ ਤੇ ਤੁਸੀਂ ਆਖੋ ਵੀ ਆਓ ਅਸੀਂ ਤੁਹਾਡੇ ਭਰਾ ਇੱਥੇ ਬੈਠੇ ਆ ਤੁਹਾਡੀ ਖਿਦਮਤ ਸੇਵਾ, ਮਤਲਬ ਪਿੰਡ ਮਤੇ ਕੀ ਤਹਿਸੀਲ ਨਾਰੋਵਾਲ ਰਈਆ ਸਟੇਸ਼ਨ ਦੇ ਲਾਗੇ, ਹਾਂਜੀ ਤੇ ਆਉਣ ਤੇ ਅਸੀਂ ਉਹਨਾਂ ਨੂੰ ਮਤਲਬ ਜੀ ਆਇਆਂ ਨੂੰ ਆਖਾਂਗੇ ਆ ਸਾਡੇ ਭੈਣ ਭਰਾਵਾਂ ਦੀ ਤਰ੍ਹਾਂ ਨੇ ਤੇ ਅਸੀਂ ਅੱਜ ਵੀ ਉਹਨਾਂ ਨੂੰ ਉਡੀਕ ਰਹੇ ਹਾਂ। ਮੁਸਲਮਾਨ ਬਰਾਦਰੀਆਂ ਕਿੰਨੀਆਂ ਕੁ ਸਨ ਇੱਥੇ? ਨੰਬਰਦਾਰੀ ਫਿਰ ਸਿੱਖਾਂ ਕੋ ਵੀ ਹੋਏਗੀ ਕੋਈ ਤੇ ਹੋਰ ਕੋਈ ਨਵੀਂ ਕੋਈ ਗੱਲ ਕੋਈ ਵਾਕਿਆ ਕੋ ਤੁਹਾਨੂੰ ਯਾਦ ਆਉਂਦਾ ਹੋਵੇ 47 ਤੋਂ ਪਹਿਲਾਂ ਦਾ? ਨਹੀਂ ਪਤਾ ਨਾ ਹਾਜੇ ਨਾ ਕੋਈ ਮਲਕ ਐਸੀ, ਯਾਨੀ ਕੋਈ ਐਸੀ ਉਹਨਾਂ ਦੀ ਗੱਲ ਰੜਕਦੀ ਨਹੀਂ? ਨਹੀਂ ਆ ਪਿਆਰ ਮੁਹੱਬਤ ਨਾਲ ਤੇ ਸੁਰ ਸਲੂਕ ਨਾਲ ਤੁਸੀਂ ਸਾਰੀ ਉਮਰ ਮਤਲਬ ਗੁਜ਼ਾਰੀ ਔਰ ਉਹ ਯਾਦ ਵੀ ਬੜੇ ਆਉਂਦੇ ਨੇ ਉਹਨਾਂ ਨੂੰ ਵੀ ਜ਼ਾਹਰ ਮਤੇ ਕੀ ਯਾਦ ਆਉਂਦਾ ਹੋਏਗਾ। ਮੇਰੇ ਨਾਲ ਨਾ ਇਹ ਬਲਜੀਤ ਸਿੰਘ ਭਿੰਡਰ ਇਹਨਾਂ ਦਾ ਬੱਚਾ ਹੈ, ਇਹ ਮਾਸਟਰ ਫਕੀਰ ਸਿੰਘ ਹੋਰਾਂ ਦਾ ਅਤੇ ਉਹਨੇ ਰਾਬਤਾ ਕੀਤਾ ਸੀ ਅਤੇ ਇਹ ਅੱਜ ਕੱਲ੍ਹ ਬਹਾਦਰਪੁਰ ਜੋਇਆ ਜ਼ਿਲ੍ਹੇ ਗੁਰਦਾਸਪੁਰ 'ਚ ਉੱਥੇ ਬੈਠੇ ਹੋਏ ਨੇ। ਹਾਂਜੀ ਅਤੇ ਉਹ ਮਤਲਬ ਇਹ ਹੈ ਕਿ ਇਹਨਾਂ ਦਾ ਜਿਹੜਾ ਨਾ ਇਹ ਬਲਜੀਤ ਸਿੰਘ ਇਹਨੇ ਮੈਨੂੰ ਕਿਹਾ ਸੀ ਇਹ ਦੁਬਈ ਹੁੰਦਾ ਕਿ ਸਾਡੇ ਪਿੰਡ ਜਾਇਆ ਜੇ ਅਤੇ ਅਸੀਂ ਜਨਾਬ ਆ ਗਏ ਅਤੇ ਤੁਹਾਡੇ ਨਾਲ ਗੱਲਬਾਤ ਕੀਤੀ ਅਤੇ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜੀ, ਤੁਹਾਡੇ ਨਾਲ ਮਿਲਦੇ ਹਾਂ ਇਸ ਸਿਲਸਿਲੇ ਦੀ ਕਿਸੇ ਫਿਰ ਅਗਲੀ ਵੀਡੀਓ ਨਾਲ।